ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮਈ ਇਨਟੇਕ ਦੇ ਉੱਪਰ ਇੱਕ ਬਹੁਤ ਇੰਪੋਰਟੈਂਟ ਅਪਡੇਟ ਹੈ। ਪੈਂਡਿੰਗ ਫਾਈਲਸ ਦੇ ਰਿਜ਼ਲਟਸ ਦੀਆਂ ਕੀ ਸਥਿਤੀਆਂ ਨੇ ਇਹਦੇ ਉੱਪਰ ਵੀ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਲੈਣੀ ਹੈ। ਔਰ ਸਾਡੇ ਨਾਲ ਮੌਜੂਦ ਨੇ ਤੀਰਥ ਸਿੰਘ ਪਨੈਕਲ, ਸਟੂਡੈਂਟ ਵੀਜ਼ਾ ਦੇ ਐਕਸਪਰਟ ਔਰ ਰਿਫਿਊਜ਼ ਕੇਸਿਸ ਨੂੰ PPR ਦਿਵਾਉਣ ਦੇ ਬਾਦਸ਼ਾਹ। ਤੀਰਥ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਤੀਰਥ ਜੀ, ਦੋ ਵੱਡੇ ਸਵਾਲ ਹੈ। ਮਈ ਇਨਟੇਕ ਦੇ ਰਿਜ਼ਲਟਸ, ਐਡਮਿਸ਼ਨ ਪੈਂਡਿੰਗ ਫਾਈਲਸ ਦੇ ਰਿਜ਼ਲਟਸ ਕੀ ਸਟੇਟਸ ਹੈ, ਔਰ ਮਈ ਇਨਟੇਕ ਤੋਂ ਬਾਅਦ ਸਪਟੈਂਬਰ ਇਨਟੇਕ ਦੀਆਂ ਆਪਸ਼ਨਸ ਨੇ ਜਿਹੜੀਆਂ ਉਹ ਵੀ ਸਾਂਝੀਆਂ ਕਰਤੀ। ਬਿਲਕੁਲ ਸਰ, ਮੈਂ ਟਰੈਂਡ ਦੀ ਗੱਲ ਕਰ ਰਿਹਾ। ਜਿੰਨੀਆਂ ਮਰਜ਼ੀ ਆਪਾਂ ਵਧੀਆ ਗੱਲਾਂ ਕਰ ਲਈਏ, ਹਰ ਬੱਚੇ ਨੂੰ ਪਤਾ ਕੀ ਚਾਹੀਦਾ, ਵੀਜ਼ਾ ਚਾਹੀਦਾ, ਆ ਰਿਹਾ ਜਾਂ ਨਹੀਂ ਆ ਰਿਹਾ, ਕਦੋਂ ਤੱਕ ਆ ਰਿਹਾ। ਸੋ ਬਿਲਕੁਲ ਜੀ, ਓਵਰਆਲ ਟਰੈਂਡ ਦੀ ਗੱਲ ਕਰਾਂ, ਗੋਇੰਗ ਔਨ ਏ ਵੈਰੀ ਵੈਰੀ ਪੋਜ਼ਿਟਿਵ ਨੋਟ, ਗੁੱਡ ਨੋਟ। ਡਰਨ ਦੀ 1% ਵੀ ਲੋੜ ਨਹੀਂ, ਦੇਰੀ ਹੋ ਸਕਦੀ ਆ, ਬਟ ਹਾਂ ਕੋਈ ਵੀ ਇਹਦੇ ਵਿੱਚ ਮੈਂ ਕਹੂੰਗਾ 19-21 ਦੀ ਅਸਲੇ ਗੱਲ ਨਹੀਂ ਹੈਗੀ। ਅਤੇ ਖਾਸ ਜਿਹੜੀ ਖੁਸ਼ਖਬਰੀ ਅੱਜ ਦੇ ਸ਼ੋਅ ਦੇ ਵਿੱਚ ਮੈਂ ਸਾਂਝੀ ਕਰਨੀ ਆ, ਇੱਕ ਵਾਰੀ ਫੇਰ ਜਿਹੜਾ ਬੀਤਿਆ ਹੋਇਆ ਹਫ਼ਤਾ, ਪਿਛਲੇ ਹਫ਼ਤੇ ਦੇ ਵਿੱਚ ਪੈਂਡਿੰਗ ਫਾਈਲਸ ਦੇ ਜਿਹੜੇ ਕੀ ਆ ਰਿਜ਼ਲਟ ਬੜੇ ਤੇਜ਼ੀ ਨਾਲ ਆਉਂਦੇ ਦਿਸ ਰਹੇ ਆ। ਜਿਹੜੇ ਕਿ ਸਟੂਡੈਂਟ ਵੀਜ਼ਾ ਦੀਆਂ ਫਾਈਲਾਂ ਸਾਡੀਆਂ 2 ਫਾਈਲ ਸੀਗੀਆਂ, ਮੈਂ ਅੱਗੇ ਵੀ ਬੱਚਿਆਂ ਨੂੰ ਦੱਸਦਾ ਕਿ ਕਾਫ਼ੀ ਲੰਬੀ ਲਿਸਟ ਸਾਡੀ ਬਣ ਗਈ ਸੀ। ਹੁਣ ਸਾਡਾ ਸਿਰਫ ਅਤੇ ਸਿਰਫ 1 ਸਟੂਡੈਂਟ ਰਹਿ ਗਿਆ, ਸ਼ਾਇਦ ਉਹ ਦੇਖਦਾ ਹੋਵੇ, ਤਾਂ ਉਮੀਦ ਕਰਨਾ ਬੇਟਾ ਮੇਰਾ ਵੀ ਤੇਰਾ ਰਿਜ਼ਲਟ ਵੀ ਜਲਦੀ ਆਵੇ। ਤਾਂ ਪਿਛਲੇ ਹਫ਼ਤੇ ਸਾਡੇ 2 ਪੈਂਡਿੰਗ ਫਾਈਲਸ ਵਾਲੇ ਬੱਚਿਆਂ ਦੇ ਰਿਜ਼ਲਟ ਆਏ ਆ, ਇੱਕ ਤਾਂ 7 ਮਹੀਨੇ ਬਾਅਦ ਆ, ਇੱਕ ਤਾਂ 4 ਮਹੀਨੇ ਬਾਅਦ, ਜਿਹੜਾ ਕੀ ਆ ਹੋਲਡ ਦੇ ਫਾਈਲਾਂ ਗਈਆਂ ਹੋਈਆਂ, ਕਿਸੇ ਕਾਰਨ ਵੀ ਹੋ ਸਕਦੀਆਂ। ਯੈਸ, ਐਜ਼ ਇਟ ਇਜ਼ ਹੀ ਉਹਨਾਂ ਦੀਆਂ ਹੁਣ PPR ਰਿਸੀਵ ਹੋਈਆਂ। ਸੋ ਬਹੁਤ ਵਧੀਆ ਚੱਲ ਰਿਹਾ। ਦੂਜੀ ਗੱਲ ਚੱਲ ਰਹੀ ਹੈ ਆਪਸ਼ਨ ਦੀ, ਯੈਸ ਬਹੁਤ ਵਧੀਆ ਆਪਸ਼ਨ ਚੱਲ ਰਹੀ ਆ। ਪ੍ਰੋਵਿਜ਼ਨਲ ਅਟੈਸਟੇਸ਼ਨ ਲੈਟਰ ਦਾ ਕੋਈ ਖਤਰਾ ਨਹੀਂ, ਕੋਈ ਬਲੈਕਮੇਲਿੰਗ ਵੱਲੋਂ ਡਰਨ ਦੀ ਲੋੜ ਨਹੀਂ। ਜੇ ਤੁਹਾਨੂੰ ਕੋਈ ਬਲੈਕਮੇਲਿੰਗ ਡਰ ਰਿਹਾ ਕਿ ਮੈਂ ਹੀ ਤੁਹਾਨੂੰ ਅਟੈਸਟੇਸ਼ਨ ਲੈਟਰ ਦਵਾ ਸਕਦਾ, ਮੇਰੇ ਕੋਲ ਆਓ ਬੇਟਾ, ਉੱਠ ਕੇ ਚੱਲ ਜਾਓ, ਸਿਰਫ ਤੁਹਾਨੂੰ ਡਰਾ ਰਿਹਾ, ਕੋਈ ਗੱਲਾਂ ਨਹੀਂ, ਕੁਛ ਵੀ ਨਹੀਂ ਚੱਲ ਰਿਹਾ। ਸਗੋਂ ਮੈਂ ਤਾਂ ਕਹੂੰਗਾ ਪਹਿਲੀ ਵਾਰੀ ਦੇਖਿਆ ਕਿ ਕਾਲਜਸ ਆਪ ਚੱਲ ਦੁਬਾਰਾ ਤੋਂ ਇੰਡੀਆ ਦੇ ਟੂਰ ਉਹਨਾਂ ਨੇ ਸ਼ੁਰੂ ਕਰਤਾ, ਜਿਹੜੇ ਕਿ ਇੰਟਰਨੈਸ਼ਨਲ ਕਾਲਜ ਕਿਉਂ ਚੱਲ ਗਿਆ, ਕਿਉਂਕਿ ਆਦਤ ਆ ਮੈਨੂੰ ਥੋੜ੍ਹਾ ਸਟੇਟ ਫਾਰਵਰ ਚੱਲਣ ਦੀ, ਸਵਾਲ ਪੁੱਛਣ ਦੀ। ਸੋ ਮੈਂ ਪੁੱਛਿਆ ਵੀ ਜਿਹੜੇ ਕਿ ਹੁਣ ਨਾ ਕਾਫ਼ੀ, ਮੈਂ ਤਾਂ ਕਹੂੰਗਾ ਪਿਛਲੇ 15-20 ਦਿਨ ਤੋਂ ਕਾਫ਼ੀ ਕਾਲਜਸ ਦੇ ਰੈਪ੍ਰੈਜੈਂਟੇਟਿਵ ਜਿਹੜੇ ਕਿ ਵਿਜਿਟ ਕਰ ਰਹੇ ਆ, ਪਬਲਿਕ ਕਾਲਜਸ ਦੇ, ਪ੍ਰਾਈਵੇਟ ਕਾਲਜ, ਵਰਕ ਪਰਮਿਟ ਵਾਲੇ ਵਧੀਆ ਕਾਲਜਸ ਦੇ, ਜਿਹੜੇ ਮੈਂ ਕਹੂੰਗਾ ਇੰਸਟੀਟਿਊਟ ਦੇ, ਯੂਨੀਵਰਸਿਟੀਜ਼ ਦੇ। ਸੋ ਉਹਨਾਂ ਨੇ ਕਿਹਾ ਕਿ ਯੈਸ, ਕਿਉਂਕਿ ਇਸ ਵੇਲੇ ਮੈਂ ਤਾਂ ਕਹੂੰਗਾ ਕਿ ਬਿਲਕੁਲ ਇੱਕ ਤਰ੍ਹਾਂ ਦਾ ਬਿਜ਼ਨਸ ਵੀ ਹੈਗਾ ਵਾ, ਜਿਹੜੀਆਂ ਅਟੈਸਟੇਸ਼ਨ ਲੈਟਰ ਦਾ ਮਤਲਬ ਪਤਾ ਕੀ ਆ, ਤੁਸੀਂ ਇੰਨੇ ਹੀ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਰਿਕਰੂਟ ਕਰ ਸਕਦੇ ਆ, ਅਤੇ ਇਸ ਤੋਂ ਬਾਅਦ ਬਲਕਿ ਕਿਸੇ ਇੱਕ ਬੱਚੇ ਨੂੰ PR ਚੱਲ ਗਈ, ਤੁਹਾਡੀ ਸੀਟ ਉਹ ਗਈ ਜੇ ਉਹਦਾ ਵੀਜ਼ਾ ਨਹੀਂ ਆਉਂਦਾ। ਸੋ ਐਂਡ ਆਫ ਦਾ ਡੇ ਕਾਲਜ ਕੀ ਦੇਖੇਗਾ ਕਿ ਹਾਂਜੀ ਮੈਂ ਵਧੀਆ ਏਜਡ ਵਧੀਆ ਬੱਚੇ ਨੂੰ ਜਿਹੜੀ ਕਿ PR ਲਵਾਂ। ਅਤੇ ਇਸ ਵੇਲੇ ਕੀ ਹੈਗਾ, ਇੰਡੀਆ ਤੋਂ ਜੋ ਟ੍ਰੈਂਡ ਆ, ਵੀਜ਼ਾ ਆ ਰਿਹਾ। ਬਾਕੀ ਜੇ ਗੱਲ ਕਰਾਂ ਹੋਰ ਏਸ਼ੀਅਨ ਕੰਟਰੀ ਦੀ ਗੱਲ ਕਰਾਂ, ਨੇਪਾਲ, ਸ਼੍ਰੀਲੰਕਾ, ਹੋਰ ਗੱਲ ਕਰਾਂ ਜਿਹੜੀ ਕਿ SDS ਨੋਨ ਐਸ ਜਾਂ ਇੰਟਰਨੈਸ਼ਨਲ ਜਿਹੜਾ ਵੀ ਜਾਂਦੇ ਆ, ਜਾਂ ਚਾਈਨਾ ਦੀ ਵੀ ਗੱਲ ਕਰ ਲਵਾਂ, ਹਾਂ ਉੱਥੇ ਹਜੇ ਰਿਫਿਊਜ਼ਲ ਦੇਖਣ ਨੂੰ ਜਿਹੜੀ ਕਿ ਜ਼ਰੂਰ ਮਿਲ ਰਹੀ ਹੈ, ਇਹ ਹੈਗੀ ਇੰਟਰਨਲ ਨਿਊਜ਼। ਸੋ ਇਸ ਵੇਲੇ ਸਾਰੇ ਇੱਧਰ ਸ਼ਿਫਟ ਹੋਏ ਆ। ਸੋ ਖਾਸ ਤੌਰ 'ਤੇ ਜਿਹੜੇ ਨਵੇਂ ਬੱਚਿਆਂ ਦੇ ਰਿਜ਼ਲਟ ਆ ਰਹੇ ਆ, ਬੇਟਾ ਗੁੱਡ ਨਿਊਜ਼ ਆ ਤੁਹਾਡੇ ਵਾਸਤੇ। ਕਾਲਜ ਵੀ ਮੈਂ ਤਾਂ ਕਹੂੰਗਾ ਹੱਥ ਜੋੜ ਕੇ ਖੜੇ ਕਿ ਮੇਰੇ ਕਾਲਜ ਆ, ਕੋਈ ਟੈਨਸ਼ਨ ਨਹੀਂ ਹੈਗੀ ਅਟੈਸਟੇਸ਼ਨ ਲੈਟਰ ਦੀ, ਪ੍ਰੋਵਿਜ਼ਨਲ ਅਟੈਸਟੇਸ਼ਨ ਲੈਟਰ ਦੀ। ਸੋ ਤੁਹਾਨੂੰ ਵੀ ਮੈਂ ਤਾਂ ਕਹੂੰਗਾ, ਤੁਹਾਨੂੰ ਵੀ ਕਾਹਲੀ ਕਰਨ ਦੀ ਬਜਾਏ ਸੋਚ ਸਮਝ ਕੇ ਜਿੱਥੇ ਜਾਣਾ ਪੜ੍ਹਾਈ ਨੂੰ ਪਹਿਲੀ ਤਵੱਜੋ ਦੇ ਕੇ ਕੈਨੇਡਾ ਜਾਓ। ਸੋ ਇਸ ਚੀਜ਼ ਦਾ ਜ਼ਰੂਰ ਫਾਇਦਾ ਚੱਕੋ ਕਿ ਯੈਸ, ਕਾਲਜ ਵੀ ਤੁਹਾਡੀ ਹਰ ਤਰ੍ਹਾਂ ਦੀ ਸਪੋਰਟ ਕਰਨ ਨੂੰ ਤੁਹਾਡੇ ਨਾਲ ਜਿਹੜਾ ਕਿ ਤਿਆਰ ਹੈਗਾ। ਦੈਟ ਇਜ਼ ਅ ਵੈਰੀ ਵੈਰੀ ਪੋਜ਼ਿਟਿਵ ਅਪਡੇਟ, ਪੋਜ਼ਿਟਿਵ ਨਿਊਜ਼ ਫੋਰ ਦਾ ਨਿਊ ਕਮਰਸ, ਜਿਹੜੇ ਵੀ ਬੱਚੇ ਜਾਣਾ ਚਾਹੁੰਦੇ ਆ। ਸੋ ਇਸ ਲਈ ਸੋਚ ਸਮਝ ਕੇ ਅਪਲਾਈ ਕਰੋ, ਬਟ ਇੱਕੋ ਚੀਜ਼ ਦਾ ਖਿਆਲ ਰੱਖੋ, ਤੁਹਾਡਾ ਅਪਡੇਟ ਤਾਂ ਤੁਹਾਡੇ ਸਲਾਹਕਾਰ ਦਾ ਅਪਡੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸਾਡੇ ਕੋਲ ਵੀ ਆਉਣਾ, ਤੁਸੀਂ ਸਾਰੇ ਆਪਣੇ ਸਵਾਲਾਂ ਦੀ ਲਿਸਟ ਲੈ ਕੇ ਆਓ, ਕਰੀਅਰ ਕਾਉਂਸਲਿੰਗ ਲਓ, ਦੈਨ ਡਿਸਾਈਡ ਕਰੋ ਕਿ ਹਾਂਜੀ ਤੁਸੀਂ ਸਾਨੂੰ ਆਪਣੀ ਕਿਸਮਤ ਸਾਡੇ ਹੱਥਾਂ 'ਚ ਦੇਣੀ ਜਾਂ ਨਹੀਂ ਦੇਣੀ। ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚਲਾਓਗੇ। ਚਲੋ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਹੱਤਵਪੂਰਨ ਅਪਡੇਟ ਸਾਡੇ ਨਾਲ ਧੀਰਜ ਜੀ ਨੇ ਸਾਂਝਾ ਕੀਤਾ ਹੈ। 85578 85578 ਜ਼ਿਆਦਾ ਜਾਣਕਾਰੀ ਲਈ ਧੀਰਜ ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ ਸਰ।